ਪਿਆਰੇ ਵਿਦਿਆਰਥੀ ਸਵਾਗਤ ਹੈ ਚੈਨਲ ਵਿੱਚ ਹਾਜ਼ਰ ਹਾਂ ਅਗਲੀ ਵੀਡੀਓ ਲੈ ਕੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਨ ਜਾ ਰਹੇ ਹਾਂ ਵਾਕ ਵਟਾਂਦਰਾ ਭਾਗ 2 ਯਾਨੀ ਕਿ ਜਿਹੜਾ ਪਿਛਲੀ ਵੀਡੀਓ ਵਿੱਚ ਆਪਾਂ ਵਾਕ ਵਟਾਂਦਰਾ ਕੀਤਾ ਸੀ ਉਹ ਉਸ ਵਿੱਚ ਮਤਲਬ ਹਾਫ ਸੀਗੇ ਤੇ ਜਿਹੜੇ ਇੰਪੋਰਟੈਂਟ ਨੇ ਇਹ ਉਹ ਮੈਂ ਇਹਨਾਂ ਵੀਡੀਓ ਵਿੱਚ ਮਤਲਬ ਕਵਰ ਕਰ ਰਹੀ ਹਾਂ ਜੋ ਕਿ ਤੁਹਾਨੂੰ ਫਾਈਨਲ ਪੇਪਰਾਂ ਵਿੱਚ ਹੁਣ ਆ ਸਕਦੇ ਨੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜੇ ਰਹਿੰਦੇ ਨੇ ਮੇਨ ਇੰਪੋਰਟੈਂਟ ਮਹੱਤਵਪੂਰਨ ਉਹ ਕਰਾਂਗੇ ਤੇ ਚੈਨਲ ਤੇ ਨਵੇਂ ਹੋ ਤਾਂ ਸਾਨੂੰ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਸਾਰੀਆਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕਣ ਤੇ ਸਭ ਤੋਂ ਪਹਿਲਾ ਜਿਹੜਾ ਵਾਕ ਹੈ ਉਹ ਹੈ ਮਾਲੀ ਨੇ ਬੁੱਟਿਆਂ ਨੂੰ ਪਾਣੀ ਦਿੱਤਾ ਇਸ ਦਾ ਅਸੀਂ ਕਰਮਣੀ ਵਾਚ ਜਿਹੜਾ ਹੈ ਉਹ ਬਣਾਉਣਾ ਹੈ ਮਤਲਬ ਇਸ ਵਾਕ ਨੂੰ ਕਰਮਣੀ ਵਾਚ ਵਾਚ ਵਿੱਚ ਬਦਲਣਾ ਹੈ ਤੇ ਕਿਸ ਤਰ੍ਹਾਂ ਬਣੇਗਾ ਇਸ ਦਾ ਬੁੱਟਿਆਂ ਨੂੰ ਮਾਲੀ ਦੁਆਰਾ ਪਾਣੀ ਦਿੱਤਾ ਗਿਆ ਜਿਵੇਂ ਅਸੀਂ ਐਕਟਿਵ ਪੈਸਿਵ ਕਰਦੇ ਹਾਂ ਇੰਗਲਿਸ਼ ਵਿੱਚ ਤੇ ਇਸ ਤਰ੍ਹਾਂ ਇਸ ਨੂੰ ਅਸੀਂ कर्मनी वाच बदलना है ये दूसरा है कसरत करो तो सहतमंद रहो इस मिश्रत वाक बदलना है मतलब कि इस इकट्ठे वाक निश्रत करके लिखना है इसका उत्तर होएगा हो जड़े कसरत करते हैं सेहतमंद रही मतलब कि यह दो वाक बन गए मिश्रत करके लिखना अलग करके लिखना अगला वाक है ती कि रेंदे हो यह प्रश्नवाचक वाक है ਇਸ ਨੂੰ ਅਸੀਂ ਸਧਾਰਨ ਵਾਕ ਵਿੱਚ ਲਿਖਣਾ ਹੈ ਤੇ ਸਧਾਰਨ ਵਾਕ ਕਿਸ ਤਰ੍ਹਾਂ ਬਣੇਗਾ ਇਸ ਦਾ ਆਪਣਾ ਪਤਾ ਦੱਸੋ ਤੁਸੀਂ ਕਿੱਥੇ ਰਹਿੰਦੇ ਹੋ ਪ੍ਰਸ਼ਨਵਾਚਕ ਹੋ ਗਿਆ ਤੇ ਇਸ ਦਾ ਉੱਤਰ ਹੋ ਗਿਆ ਆਪਣਾ ਪਤਾ ਦੱਸੋ ਅਗਲਾ ਹੈ ਜਦੋਂ ਗਰੀਬਾਂ ਨੇ ਰੋਜ਼ੀ ਰੱਖੇ ਤਾਂ ਦਿਨ ਵੱਡੇ ਆ ਗਏ ਇਹ ਇੱਕ ਸੰਯੁਕਤ ਵਾਕ ਹੈ ਮਤਲਬ ਦੋ ਵਾਕਾਂ ਵਿੱਚ ਇੱਕ ਇਕੱਠਾ ਵਾਕ ਹੈ ਤੇ ਸੌਰੀ ਸੰਯੁਕਤ ਨਹੀਂ ਹੈ ਇਹ ਤੇ ਇਹ ਮਿਸ਼ਰਤ ਹੈ ਇਸ ਨੂੰ ਆਪਾਂ ਸੰਯੁਕਤ ਵਿੱਚ ਚੇਂਜ ਕਰਨਾ ਹੈ ਤੇ ਇਸ ਦਾ ਜਿਹੜਾ ਸੰਯੁਕਤ ਵਾਕ ਕਿਸ ਤਰ੍ਹਾਂ ਬਣੇਗਾ ਗਰੀਬਾਂ ਗਰੀਬਾਂ ਰੱਖੇ ਰੋਜ਼ੇ ਦਿਨ ਵੱਡੇ ਆਏ ਮਤਲਬ ਇੱਕ ਮੁਹਾਵਰਾ ਕਹਿ ਲਓ ਜਾਂ ਫਿਰ ਕਹਾਵਤ ਜਿਹੜੀ ਹੁੰਦੀ ਆ ਖੋਤ ਉਹ ਕਹਿ ਲਓ ਇਸ ਤਰ੍ਹਾਂ ਇਸ ਨੂੰ ਜਿਹੜਾ ਆਪਾਂ ਸੰਯੁਕਤ ਵਾਕ ਵਿੱਚ ਚੇਂਜ ਕਰਾਂਗੇ ਬਦਲਾਂਗੇ ਜਦੋਂ ਗਰੀਬਾਂ ਨੇ ਰੋਜ਼ੇ ਰੱਖੇ ਤਾਂ ਦਿਨ ਵੱਡੇ ਆ ਗਏ ਕਿਵੇਂ ਬਣੇਗਾ ਇਹ ਗਰੀਬਾਂ ਰੱਖੇ ਰੋਜ਼ੇ ਦਿਨ ਵੱਡੇ ਆਏਗੇ ਅਗਲਾ ਵਾਕ ਹੈ ਝੂਠ ਨਾ ਬੋਲਿਆ ਜਾਵੇ ਇਸ ਨੂੰ ਕਰਤਰੀਵਾਚ ਵਿੱਚ ਬਦਲਣਾ ਸੀ ਤੇ ਇਸ ਤਰ੍ਹਾਂ ਜਿਹੜਾ ਕਰਤਰੀਵਾਚ ਉਹ ਕਿਸ ਤਰ੍ਹਾਂ ਬਣੇਗਾ ਝੂਠ ਨਾ ਬੋਲੋ ਤੇ ਅੱਗੇ ਆ ਗਿਆ ਤੁਹਾਡੀ ਖੇਡ ਪ੍ਰਸ਼ੰਸਾ ਯੋਗ ਹੈ ਇਸ ਨੂੰ ਵਿਸਮਾਚ ਵਾਚਕ ਵਾਕ ਵਿੱਚ ਬਦਲਣਾ ਹੈ ਤਾਂ ਇਸ ਨੂੰ ਕਿਵੇਂ ਲਿਖਾਂਗੇ ਵਾਹ ਵਾ ਤੁਸੀਂ ਸੋਨਾ ਖੇਡਦੇ ਹੋ ਅੱਗੇ ਹੈ ਸੂਰਜ ਨਿਕਲਿਆ ਤੇ ਅਸੀਂ ਆਪੋ ਆਪਣੇ ਕੰਮਾਂ ਵਿੱਚ ਰੁੱਝ ਗਏ ਇਸ ਨੂੰ ਸਧਾਰਨ ਵਾਕ ਬਣਾਉਣਾ ਹੈ ਤੇ ਸਧਾਰਨ ਵਾਕ ਬਣੇਗਾ ਇਸ ਦਾ ਸੂਰਜ ਨਿਕਲਦੇ ਸਾਰ ਅਸੀਂ ਆਪੋ ਆਪਣੇ ਕੰਮਾਂ ਵਿੱਚ ਰੁੱਝ ਗਏ ਅੱਗੇ ਹੈ ਬਿਪਤਾ ਸਮੇਂ ਧੀਰਜ ਰੱਖੋ ਇਸ ਨੂੰ ਮਿਸ਼ਰਤ ਵਿੱਚ ਲਿਖਣਾ ਸੀ ਮਿਸ਼ਰਤ ਵਾਕ ਬਣਾਉਣਾ ਕਿਵੇਂ ਬਣੇਗਾ ਜਦ ਬਿਪਤਾ ਪਏ ਤਦ ਧੀਰਜ ਰੱਖੋ ਇਹ ਯਾਦ ਰੱਖਿਓ ਬੱਚੇ ਸਾਰੇ ਮੋਸਟ ਇੰਪੋਰਟੈਂਟ ਵਾਕ ਨੇ ਤੁਹਾਨੂੰ ਪੇਪਰਾਂ ਵਿੱਚ ਇਹਨਾਂ ਵਿੱਚੋਂ ਜ਼ਰੂਰ ਕੋਈ ਨਾ ਕੋਈ ਆ ਸਕਦਾ ਹੈ ਜੇ ਤੁਸੀਂ ਇਹਨਾਂ ਦੀ ਰਿਵੀਜ਼ਨ ਕਰ ਲੋਗੇ ਤਾਂ ਇਹਨਾਂ ਵਿੱਚੋਂ ਤੁਹਾਨੂੰ ਬਹੁਤ ਸਾਰੇ ਵਾਕ ਜਿਹੜੇ ਨੇ ਉਹ ਆਣਗੇ ਅਗਲਾ ਵਾਕ ਹੈ ਮਿਹਨਤੀ ਆਦਮੀ ਹਮੇਸ਼ਾ ਸਫਲਤਾ ਪ੍ਰਾਪਤ ਕਰਦਾ ਹੈ ਇਸ ਨੂੰ ਮਿਸ਼ਰਤ ਵਾਕ ਵਿੱਚ ਬਣਾਉਣਾ ਹੈ ਕਿਵੇਂ ਬਣੇਗਾ ਜਿਹੜਾ ਆਦਮੀ ਮਿਹਨਤ ਕਰਦਾ ਹੈ ਉਹ ਹਮੇਸ਼ਾ ਸਫਲਤਾ ਪ੍ਰਾਪਤ ਕਰਦਾ ਹੈ ਮਿਸ਼੍ਰਿਤ ਵਾਕ ਹੁੰਦਾ ਹੈ ਅਲੱਗ ਕਰਕੇ ਲਿਖਣਾ ਮਤਲਬ ਦੋ ਵਾਕਾਂ ਵੀ ਜਿਸ ਨੂੰ ਬਦਲ ਕੇ ਲਿਖਣਾ ਅੱਗੇ ਹੈ ਸਿਰਫ ਮਾਂ ਹੀ ਬੱਚੇ ਨੂੰ ਪਾਲ ਸਕਦੀ ਹੈ ਇਸ ਨੂੰ ਨਾਵਾਚਕ ਵਿੱਚ ਬਣਾਣਾ ਸੀ ਨਾਵਾਚਕ ਵਾਕ ਕਿਵੇਂ ਬਣੇਗਾ ਮਾਂ ਤੋਂ ਇਲਾਵਾ ਬੱਚੇ ਨੂੰ ਕੋਈ ਨਹੀਂ ਪਾਲ ਸਕਦਾ ਅਗਲਾ ਵਾਕ ਹੈ ਮੇਰੀ ਇੱਛਾ ਹੈ ਕਿ ਮੈਂ ਅਮੀਰ ਹੁਆ ਇਸ ਨੂੰ ਵਿਸ਼ਮਵਾਚਕ ਵਾਕ ਵਿੱਚ ਬਦਲਣਾ ਹੈ ਕਿਵੇਂ ਬਣੇਗਾ ਕਾਸ਼ ਮੈਂ ਅਮੀਰ ਹੁੰਦਾ ਅੱਗੇ ਭਾਵੇਂ ਉਸ ਦੀਆਂ ਸਹੇਲੀਆਂ ਮੂਰਖ ਹਨ ਪਰ ਉਹ ਸਿਆਣੀ ਹੈ ਇਸ ਨੂੰ ਸੰਯੁਕਤ ਵਾਕ ਵਿੱਚ ਲਿਖਣਾ ਹੈ ਕਿਵੇਂ ਬਣੇਗਾ ਉਹ ਸਿਆਣੀ ਹੈ ਪਰ ਉਸ ਦੀਆਂ ਸਹੇਲੀਆਂ ਮੂਰਖ ਹਨ ਇੱਕ ਸੰਯੁਕਤ ਵਾਕ ਮਤਲਬ ਕਿ ਇਕੱਠਾ ਵਾਕ ਬਣ ਗਿਆ ਅੱਗੇ ਹੈ ਕਿਸੇ ਨਾਲ ਕੌੜਾ ਨਾ ਬੋਲੋ ਇਸ ਨੂੰ ਹਾਂਵਾਚਕ ਵਾਕ ਵਿੱਚ ਬਣਾਉਣਾ ਹੈ ਕੀ ਬਣੇਗਾ ਹਰ ਇੱਕ ਨਾਲ ਮਿੱਠਾ ਬੋਲੋ ਦੂਸਰਾ ਹੈ ਪਤੰਗ ਨੂੰ ਹਵਾ ਵਿੱਚ ਉਡਾਓ ਕਰਮਣੀ ਵਾਚ ਵਿੱਚ ਬਦਲਣਾ ਹੈ ਕੀ ਬਣੇਗਾ ਜਦੋਂ ਪਤੰਗ ਨੂੰ ਹਵਾ ਵਿੱਚ ਉਡਾਇਆ ਜਾਵੇ ਤੀਸਰਾ ਹੈ ਈੜੀ ਹੈ ਜਦੋਂ ਮੈਂ ਸਕੂਲ ਪਹੁੰਚਿਆ ਤਾਂ ਘੰਟੀ ਵੱਜ ਗਈ ਤੇ ਇਸ ਨੂੰ ਸੰਯੁਕਤ ਵਾਕ ਵਿੱਚ ਬਣਾਉਣਾ ਹੈ ਇਸ ਦਾ ਕੀ ਬਣੇਗਾ ਮੈਂ ਸਕੂਲ ਪਹੁੰਚਿਆ ਤੇ ਘੰਟੀ ਵੱਜ ਗਈ ਅੱਗੇ ਹੈ ਦਵਾਈ ਖਾਓ ਤੇ ਤੰਦਰੁਸਤ ਹੋ ਜਾਓ ਇਸ ਨੂੰ ਸਧਾਰਨ ਵਾਕ ਵਿੱਚ ਬਦਲਣਾ ਹੈ ਸਧਾਰਨ ਵਾਕ ਕਿਵੇਂ ਬਣੇਗਾ ਦਵਾਈ ਖਾਣ ਨਾਲ ਤੁਸੀਂ ਤੰਦਰੁਸਤ ਹੋ ਜਾਓਗੇ ਤੇ ਬੱਚਿਓ ਇਸ ਤਰ੍ਹਾਂ ਇਹ ਸੀਗੇ ਆਪਣੇ ਵਾਕ ਵਟਾਂਦਰਾ ਮੋਸਟ ਇੰਪੋਰਟੈਂਟ ਨੇ ਇਹ ਸਾਰੇ ਜੇ ਤੁਸੀਂ ਕਰ ਲਓਗੇ ਤਾਂ ਤੁਹਾਡੀ ਬਹੁਤ ਜ਼ਿਆਦਾ ਹੈਲਪ ਹੋਵੇਗੀ ਇਸ ਵੀਡੀਓ ਨਾਲ ਤੇ ਆਸ ਕਰਦੀ ਆ ਤੁਹਾਡੇ ਮਤਲਬ ਕੰਮ ਆਏਗੀ ਤੇ ਜੇ ਚੰਗੀ ਲੱਗੇ ਵੀਡੀਓ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ